ਸਤਿਕਾਰ ਦੋਸਤੋ, ਮੈਂ ਇਸ ਟਾਈਮ ਹੈਗਾ ਪਟਿਆਲਾ ਤੋਂ ਰਾਜਪੁਰੇ ਹਾਈਵੇ ਤੇ। ਸਾਹਮਣੇ ਇੱਕ ਨਾ ਟੋਲ ਪਲਾਜ਼ਾ ਆ ਰਿਹਾ ਜਿਹੜਾ ਪਟਿਆਲੇ ਤੋਂ ਰਾਜਪੁਰੇ ਦੇ ਵਿਚਕਾਰ ਹੁੰਦਾ। ਤੁਹਾਨੂੰ ਇਹਨਾਂ ਦੇ ਮੈਂ ਗੁੰਡਾਗਰਦੀ ਦਿਖਾਉਣਾ ਹੁਣ, ਤੇ ਸਪੈਸ਼ਲੀ ਮੈਂ ਇਹੀ ਚੀਜ਼ ਦੇਖਣ ਵਾਸਤੇ ਆਇਆ, ਗੁੰਡਾਗਰਦੀ ਦਿਖਾਉਣਾ ਤੁਹਾਨੂੰ ਵੀ ਕਿਵੇਂ ਮਾਫੀਆ ਰਾਜ ਚੱਲ ਰਿਹਾ ਇੱਥੇ ਨਾ। ਜਿਹੜੇ ਫਾਸਟ ਟੈਗ ਬਾਹਰ ਖੜਾ ਕੇ ਨੇ ਵੀ ਫਾਸਟ ਟੈਗ ਲਵਾਓ, ਧੱਕੇ ਨਾਲ ਫਾਸਟ ਟੈਗ ਲਵਾ ਰਹੇ ਨੇ, ਨਹੀਂ ਫਾਸਟ ਟੈਗ ਲਵਾਉਂਦੇ ਤਾਂ ਤੁਹਾਨੂੰ ਡਬਲ ਪਲੰਟੀ ਪੈਣੀ, ਡਬਲ ਖਰਚਾ ਪੈਣਾ। ਮਤਲਬ ਕਿ ਜੇ 40 ਰੁਪਏ ਦਾ ਟੋਲ ਹੈ ਤਾਂ ਤੁਹਾਨੂੰ 80 ਰੁਪਏ ਭੁਗਤਣੇ ਪੈਣੇ ਆ। ਤੁਹਾਨੂੰ ਇਹਨਾਂ ਦਾ ਮਾਫੀਆ ਰਾਜ, ਗੁੰਡਾ ਰਾਜ ਦਿਖਾਉਣਾ। ਆ ਇਹਨਾਂ ਨੇ ਕੁੱਕੜ ਬਣਾ ਰੱਖੇ ਨੇ ਟੋਲ, ਜਿਹੜੇ ਰੋਡਾਂ ਤੇ ਬਣਾਏ ਨੇ ਫਾਸਟ ਟੈਗ ਵਾਲੇ ਨੇ, ਕੁੱਕੜੇ ਕਹੂੰਗਾ ਮੈਂ ਤਾਂ। ਠੀਕ ਹੈ, ਤੁਸੀਂ ਦੇਖ ਲਓ, ਹਰ ਇੱਕ ਜਗ੍ਹਾ ਤੇ ਬੈਠੇ ਨੇ। ਤੇ ਤੁਹਾਨੂੰ ਮੈਂ ਨਾ ਹੁਣ ਦਿਖਾਉਣਾ ਗੁੰਡਾਗਰਦੀ ਇਹਨਾਂ ਦੀ, ਕਿਉਂਕਿ ਮੈਂ ਪਰਸੋਂ ਜਦੋਂ ਵਾਪਸ ਮੁੜ ਆ ਰਿਹਾ ਸੀ ਚੰਡੀਗੜ੍ਹ ਤੋਂ, ਤੇ ਮੇਰੇ ਨਾਲ ਰਾਤ ਕਾਫੀ ਜ਼ਿਆਦਾ ਬਹਿਸ ਹੋਈ ਆ। ਮੇਰਾ ਫੋਨ ਪਿਆ ਸੀ ਬੰਦ ਉਸ ਟਾਈਮ ਤੇ, ਬੈਟਰੀ ਡਾਊਨ ਸੀ, ਤੇ ਇਹਨਾਂ ਕਾਫੀ ਜ਼ਿਆਦਾ ਮੇਰੀ ਬਹਿਸ ਤੂੰ ਮੈਂ ਹੋਈ ਆ, ਕਹਿੰਦੇ ਫਾਸਟ ਟੈਗ ਲਵਾਓ। ਮੈਂ ਕਿਹਾ ਮੈਂ ਨਹੀਂ ਲਵਾਉਂਦਾ ਫਾਸਟ ਟੈਗ। ਠੀਕ ਹੈ, ਆਇਓ ਤੁਹਾਨੂੰ ਦਿਖਾਉਣਾ ਹੁਣ ਮੈਂ ਇਹਨਾਂ ਦੀ ਗੁੰਡਾਗਰਦੀ। ਆ ਤੁਸੀਂ ਦੇਖ ਲਓ, ਟੋਲ ਪਲਾਜ਼ਾ ਬੇੜਾ ਗਰਕ ਹੋ ਗਿਆ ਸਾਡੀਆਂ ਸਰਕਾਰਾਂ ਦਾ, ਉਦੋਂ ਪਹਿਲਾਂ ਗਰਕ ਹੋ ਗਿਆ ਸਾਡਾ, ਜਿਹੜਾ ਅਸੀਂ ਨਾ ਜਿਹਦੇ ਬੋਲਦੇ ਨੀ ਗੁੰਗਾ ਗੁੜ ਖਾ ਕੇ ਬਹਿ ਜਾਂਦੇ ਆ। ਆ ਸਾਰੇ ਗੱਡੀਆਂ ਵਾਲੇ ਬਸ ਆਪਦਾ ਆਪਦਾ ਟੋਲ ਦਿੰਦੇ ਨੇ ਤੇ ਗਾਹਾਂ ਲੰਘ ਜਾਂਦੇ ਨੇ, ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਨੇ। ਕਿਉਂਕਿ ਬਾਈ ਮੈਂ ਵੀ ਲੰਘ ਸਕਦਾ ਨਾ, 40 ਰੁਪਏ ਵੱਧ ਦੇ ਕੇ ਇਹਨਾਂ ਨੂੰ ਮੈਂ ਵੀ ਲੰਘ ਸਕਦਾ। ਪਰ ਕਾਰਨ ਕੀ ਹੈ, ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਅੱਗੇ ਜਾ ਕੇ ਥੋੜੇ ਜਾਗਰੂਕ ਹੋਣਗੇ, ਦੋ ਚਾਰ ਹੋਰ ਬੰਦੇ ਜਾਗਰੂਕ ਹੋਣਗੇ। ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਮਾਫੀਆ ਰਾਜ ਹੈ, ਇਹਨੂੰ ਖਤਮ ਕਰਿਆ ਜਾਵੇ। ਹਨਾ, ਪਹਿਲਾਂ ਵੀ ਇਹ ਦੋ ਸਾਲ ਡੇਢ ਸਾਲ ਬਗੈਰ ਟੋਲ ਪਲਾਜ਼ੇ ਤੇ ਬੈਠੇ ਸੀ ਨਾ, ਹੀ ਟੇਕੇ ਬੈਠੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫਿਰ ਡੇਰੇ ਲਾ ਲਏ ਸੀ ਉਰੇ। ਇਹ ਮੈਨੂੰ ਲੱਗਦਾ ਦੁਬਾਰੋਂ ਡੇਰੇ ਲਵਾਉਣਗੇ, ਦੁਬਾਰੋਂ ਟੋਲ ਪਲਾਜ਼ੇ ਬੰਦ ਕਰਾਉਣਗੇ। ਠੀਕ ਹੈ, ਵੈਸੇ ਤਾਂ ਸਾਨੂੰ ਅਸੀਂ ਟੈਕਸ ਦੋ ਦੋ ਵਾਰੀ ਭਰਦੇ ਹਾਂ, ਕਿਉਂਕਿ ਜਦੋਂ ਗੱਡੀ ਕੋਈ ਵਹੀਕਲ ਖਰੀਦਦੇ ਹਾਂ ਉਦੋਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ, ਤੇ ਇਹਨਾਂ ਨੂੰ ਕੁੱਕੜਾਂ ਨੂੰ ਫੇਰ ਰੋਡ ਟੈਕਸ ਦੇਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਆ ਕੇ। ਠੀਕ ਹੈ, ਸੋ ਮੈਂ ਤੁਹਾਨੂੰ ਦਿਖਾਉਣਾ, ਜੇ ਤਾਂ ਮੰਨ ਗਏ 40 ਰੁਪਏ ਚ ਠੀਕ ਹੈ, ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਬਹਿਸ ਹੁੰਦੀ। ਹਨਾ, ਇਹਨਾਂ ਨੇ ਬਾਈ ਗੰਦ ਪਾ ਰੱਖਿਆ, ਗੰਦ ਪਾਇਆ ਸਾਡੇ ਲੀਡਰਾਂ ਨੇ, ਹੈਨਾ। ਤੇ ਮੈਂ ਤਾਂ ਮੁਲਾਜ਼ਮਾਂ ਨੂੰ ਵਿੱਚ ਹੀ ਕਹੂੰਗਾ, ਕਿਉਂਕਿ ਬਾਈ ਜੀ ਲੀਡਰ ਲਾਲ ਬੱਤੀ ਦੀ ਆੜ ਦੇ ਵਿੱਚ ਜਾਂ ਸਿਕਿਉਰਿਟੀ ਦੀ ਆੜ ਦੇ ਵਿੱਚ ਫ੍ਰੀ ਲੰਘ ਜਾਂਦੇ ਨੇ, ਤੇ ਫਸਦਾ ਕੌਣ ਹੈ ਇੱਥੇ ਮੇਰੇ ਵਰਗਾ। ਠੀਕ ਹੈ, ਇੱਕ ਤਾਂ ਗੱਡੀ ਮੰਗੀ ਹੁੰਦੀ ਹੈ ਕਿਉਂਕਿ ਕੰਮ ਕਾਰ ਹੁੰਦੇ ਨੇ, ਕੋਈ ਮੇਰੇ ਵਰਗਾ ਸਾਧਨ ਮੰਗ ਕੇ ਲਿਆਉਂਦਾ, ਉੱਤੋਂ ਇਹ ਟੋਲ ਟੈਕਸ ਜਾਂ ਡਬਲ ਡਬਲ ਪਰਚੀ ਦੀ ਜੇਬ ਕੱਟਦੇ ਨੇ। ਸੋ ਦਿਖਾਉਣਾ ਤੁਹਾਨੂੰ ਮੈਂ, ਜੇ ਤਾਂ ਮੰਨ ਗਏ ਇਹ 40 ਰੁਪਏ ਚ ਠੀਕ ਹੈ, ਨਹੀਂ ਤਾਂ ਇਹਨੇ 80 ਰੁਪਏ ਮੰਗਣੇ ਨੇ ਹੁਣੇ ਵੀ ਤੁਹਾਡੇ ਫਾਸਟ ਟੈਗ ਨਹੀਂ ਲੱਗਿਆ। ਤੁਸੀਂ ਦੇਖ ਲਓ ਮੈਂ ਫਾਸਟ ਟੈਗ ਪੱਟਤਾ, ਦਿਖਾਇਓ ਮਾੜੇ ਦਾ ਫਾਸਟ ਟੈਗ, ਇਹ ਫਾਸਟ ਟੈਗ ਮੇਰੇ ਲੱਗਿਆ ਸੀ, ਮੈਂ ਫਾਸਟ ਟੈਗ ਪੱਟਤਾ। ਪੱਟਿਆ ਕਿਸ ਕਾਰਨ ਕਰਕੇ ਹੈ ਕਿ ਇਹਨਾਂ ਦੀ ਮਾਫੀਆ ਰਾਜ ਦੇਖਦਾ, ਗੁੰਡਾ ਰਾਜ। ਸੋ ਬਣੇ ਰਹੋ, ਛੱਡ ਕੇ ਨਾ ਸਕਿਪ ਨਾ ਕਰਿਓ, ਕਿਉਂਕਿ ਆਪਾਂ ਬਹਿਸ ਵੀ ਨਹੀਂ ਕਰ ਸਕਦੇ। ਸਾਡੀ ਧੀ ਭੈਣ ਬੈਠੀ ਇੱਥੇ ਨਾ, ਸਾਡੀ ਭੈਣ ਬੈਠੀ ਹੈ, ਆਪਾਂ ਉਹਦੇ ਨਾਲ ਵਿਚਾਰੀ ਨਾਲ ਬਹਿਸ ਵੀ ਨਹੀਂ ਕਰਨੀ ਹੈਗੀ, ਤੇ ਆਪਾਂ ਇਹਦਾ ਕੋਈ ਸੀਨੀਅਰ ਬੁਲਾਵਾਂਗੇ ਤੇ ਉਦੋਂ ਬਹਿਸ ਕਰਾਂਗੇ, ਦੇਖਾਂਗੇ ਬੱਚੇ ਕਿਵੇਂ ਨੇ। ਹਾਂਜੀ ਭੈਣੇ, ਕਿੰਨੇ ਜੀ? ਹਾਂਜੀ ਨਹੀਂ ਲੱਗਿਆ ਜੀ, ਨਹੀਂ ਦੇਣੇ 80 ਰੁਪਏ ਜੀ। ਤੁਹਾਡੇ ਇੰਚਾਰਜ ਨੂੰ ਬੁਲਾਓ ਕਿੱਥੇ ਜੀ, ਚੈਨਲ ਵਾਲੇ ਬੁਲਾਓ ਕਿੱਥੇ ਹੋ। ਸੋ ਦੇਖ ਲਓ ਤੁਸੀਂ, 80 ਮੈਂ ਪਹਿਲੀ ਗੱਲ ਕਹੀ ਸੀ ਵੀ 40 ਦੇ 80 ਲੈਂਦੇ ਆ ਬਗੈਰ ਫਾਸਟ ਟੈਗ ਵਾਲੇ, ਉਹ ਇਹਨਾਂ ਨੇ ਪ੍ਰਾਈਵੇਟ ਕੁੱਕੜ ਬਣਾਏ ਇਹਨਾਂ ਕਰਕੇ। 80 ਰੁਪਏ ਕਹਿੰਦੇ ਬਾਈ ਸਰ, ਬਗੈਰ ਫਾਸਟ ਟੈਗ ਨਹੀਂ ਲੈਂਦੇ ਅਸੀਂ ਫਾਸਟ ਟੈਗ ਦਾ ਸਰ। ਬਲਾਓ ਕਿੱਥੇ, ਬਲਾਓ ਤੁਹਾਡਾ ਕਿੱਥੇ ਆ, ਬਲਾਓ ਚੈਨਲ ਵਾਲੀ ਅਸੀਂ ਬਲਾਓ ਕਿੱਥੇ, ਬਲਾਓ ਬਲਾਓ ਕਿੱਥੇ, ਮੈਂ ਸਾਈਡ ਤੇ ਲਾਉਣਾ, ਬਲਾਓ ਕਿੱਥੇ ਸਾਈਡ ਤੇ ਨਹੀਂ ਸਰ, ਕੈਸ਼ ਕਰਾ। ਹਾਂ ਬਲਾਓ ਕਿੱਥੇ ਆ, 40 ਰੁਪਏ ਦੇਉਂਗਾ ਜਿਹੜਾ ਜਿਹੜਾ ਟੋਲ ਨਹੀਂ ਸਰ। ਬਾਈ ਜੀ ਜਿਹੜਾ ਟੋਲ ਬਣਦਾ ਮੈਂ ਉਹ ਟੋਲ ਦੇਊਂਗਾ ਸਰ, ਬਿਨਾ ਫਾਸਟ ਟੈਗ ਕੇ ਆਇਆ ਨਾ ਚਾਹੀ, ਪਰ ਟੋਲ ਹੈ ਸਰ ਫਾਸਟ ਟੈਗ। ਕਿਉਂ ਕਿਉਂ ਬਾਈ, ਕਿਹੜੀ ਚੀਜ਼ ਦਾ, ਅੱਗੇ ਨਹੀਂ ਮੇਰਾ ਪਿੱਛੇ, ਅੱਗੇ ਤੁਸੀਂ ਇਕੱਲੇ ਇਕੱਲੇ ਟੋਲ ਲੈ ਲਿਆ ਹੈ।
डबल चार्ज दूंगा सर आगे पीछे। मैं परसों भी रात लंघ के गया, परसों भी 40 रुपए दे के गया। तो 40 से मतलब नहीं होता 80, यानी 80 बिना फास्टैग 80 नहीं नहीं मिलते। बुलाओ किसी थोड़े मुलाजिम, बुलाओ किसी मुलाजिम से सर क्या बुलाओ किसी फिर 80 आए तो मिल गई 80 बिना फास्टैग गाड़ी पर। क्यों फास्टैग में कदम लगाओ, फास्टैग गड्डियों मांगी मैं जो मेरी मेरी गड्डी मंगनी है, मैं फास्टैग कदम लगाऊ। सर आधार कार्ड जरूरी था आपने, फास्टैग जरूरी है कार लिए? नहीं फास्टैग जरूरी है, मैं दिल्ली जाना, चंडीगढ़ जाना, खारगिरी जाना। बुलाओ किसी आटा बंदा सो देख लो, शरेआम गुंडा कर दी है कि फास्टैग लवाओ, नहीं तो फिर असि 80 रुपए पर्ची कटा गे। 80 रुपए किस चीज दे भाई जी? बिना बिल्कुल गलत है भाई जी, मैं चैनल चल रहा लाइव चल रहा सिस्टम सारा भाई, कोई गल नहीं। हाँ 80 रुपये नहीं 40 रुपये बनता है भाई जी, मैं परसों भी लंघ के गया, कल भी लंघ के गया। अच्छा भाई 40 रुपये फास्टैग? बिल्कुल नहीं जी, मैं पटियाले भी पिछों भी लंघ के आया, मैं लुधियाना होके आया मैं, ठीक है। इथों की गुंडागर्दी मैंने परसों में देख ली थी, गुंडागर्दी गुंडागर्दी मेरा फोन बंद पिया सी, मैं उस टाइम भी किया सी भाई जी गुंडागर्दी कोई नहीं, बिल्कुल गुंडागर्दी। इतने फिर धरना लगा जाम लगा, कोई फायदा नहीं गल, ठीक है भाई जी। 80 रुपये किस चीज है भाई जी? गड्डिया साड़ी मंग भी है, गड्डी मंग भी है, किमें फास्टैग किमें लगा लगे? फास्टैग नहीं है मेरे को, नहीं है फास्टैग मेरे को। हेलो सिंगल पर्ची कटो 40 रुपये की, किसे रूल है कुमार चौधरी जी? मैं कल एक मेरी गल सुनो, मैं बनाओ, मैं बात कर रहा हूँ। आ जा मेरी वीडियो बनाओ, कौन बना रहा है? पूरे भारत में कहीं भी जाइए, अगर गाड़ी पर टैग नहीं होगा, ब्लैक लिस्ट होगी टैग लगाने के बाद, डबल पेनल्टी है पूरे भारत के अंदर। किस चीज NH ब्ला यहाँ पे की है, की ब्लैक की है, अगर गाड़ी के अंदर टैग नहीं होगा डबल पेनल्टी है। क्यों डबल पेनल्टी दोगे भाई? कल भी लगती है, कल चाहिए था देखे जाने, वो मैं आप फ्री गए हो कल, अभी 80 रुपए क्यों फ्री? क्यों फ्री देखिए, हमें कल आप फ्री गए हो, मैं क्यों फ्री गया, मैं बोल रहा हूँ ना, क्यों फ्री गया, मैं पेट्रोल देके गया, मैं चेक कर लो पास कर दो गाड़ी से नंबर चेक करो, गाड़ी का पासवर्ड करना और कुछ नहीं, आपको गाड़ी खड़ी है, ये दिक्कत है, आप हरासमेंट कर रहे हो। हरासमेंट नहीं कर रहे और कौन कर रहा, किसकी गलती है सर जी? पता की गल है, देखो 40 रुपये 80 रुपये पेनल्टी ले रहे हैं, 40 रुपये टोल टैक्स है, 80 रुपये 80 रुपये जो 40+ पेनल्टी दो, 40+ की पेनल्टी दो। दूसरी गल है, अब तक कुछ चोर नहीं था, कुछ ठग नहीं था, चक्की ने बनू जा, सरदार बंदा वा भजन नहीं है, आप सरदार हो कोई भी हो, इससे मेरे पसंद 80 रुपये नहीं 40 रुपये पेमेंट करूंगा, जो टोल टैक्स है रात में लंघ गया, इको रात में हो गए 40 रुपये आपने इको रात में हो गए 80 रुपये फीस किसने पा गया, चेक करो रिकॉर्ड पे, मैं अभी आपसे बोल रहा हूँ को रिकॉर्ड पे चेक करो, जो गड्डी नहीं लगी हुई 40 रुपये मैं पहले रूल पढ़ो भाई, 80 रुपये किसी टोल टैक्स फास्टैग में गड्डी नहीं लगा फास्टैग यार, मेरी जिंदगी का रूल है मैं नहीं लगा फास्टैग भाई, तू धक्के मेरी गड्डी का फास्टैग लगा, भारत सरकार के जो रूल ने फॉलो कर दो, मैं तो मुझे मजा खड़ी ने कमा खड़ी ने फॉलो कर दो, मजा खड़ी ने भारत सरकार रूल टोल टैक्स दे दिने आ कि साडे टोल टैक्स में चोरे गांव नहीं खड़नी आ, ਸਾਡੇ ਉਹ ਨੀ ਖੜਨੀ ਇੱਥੇ ਕਿੱਥੇ ਰਸਤੇ ਚ 100 ਗਾਮਾ ਤੁਰੇ ਫਿਰਦੇ ਨੇ, ਕਿੰਨੇ ਕੁ ਬੰਦੇ ਤੁਰੇ ਫਿਰਦੇ ਨੇ, ਆਏ ਨੀ ਮਿਲਦੇ ਟੋਲ ਟੈਕਸਾਂ ਦੇ ਸਿਸਟਮ ਦੇ, ਬਣਾਓ ਸਾਡਾ ਕਿੱਥੇ ਮੈਨੇਜਮੈਂਟ ਆਪ ਕਿੱਥੇ ਮੈਨੇਜਮੈਂਟ ਅੰਦਰ ਬਣਾ ਲਓ ਰੱਖੀ ਬਣਾਓ ਇੱਥੇ ਬਣਾਓ, ਕੋਈ ਨਾ ਕੋਈ ਭੱਜ ਗਿਆ ਸੀ ਮੈਂ ਕਰੋ ਨਾ 80 ਰੁਪਏ ਮੈਂ ਕਰਦਾ 40 ਰੁਪਏ ਕਰ ਸਕਦੇ ਹੋ ਭਾਈ ਜੀ, ਜੋ 40 ਰੁਪਏ ਪੇ ਕਰਦਾ 40 ਰੁਪਏ ਪੇ ਕਰੂੰਗਾ, ਭਜਦਾ ਨੀ ਮੈਂ, ਕਿਉਂ ਭੱਜਾ ਯਾਰ ਮੈਂ, ਚੋਰ ਫੜੂਗਾ ਮੈਂ ਭਾਈ ਜੀ, ਮੈਂ ਚੋਰ ਨੀ ਡਾਕੂ ਨੀ ਠੱਗ ਨੀ, ਮੈਂ ਭੱਜਦਾ ਨੀ, ਮੈਂ ਭੱਜ ਗਿਆ ਤਾਂ ਜਨਤਾ ਭੱਜੂਗੀ, ਮੈਂ ਆਪਦਾ ਪਿੱਛਾ ਛਰਾ ਕੇ ਭੱਜੂਗਾ 40 ਰੁਪਏ, ਮੈਂ ਗੱਡੀ ਟੈਗ ਨਹੀਂ ਲਵਾ ਸਕਦਾ ਯਾਰ, ਅਨਪੜ੍ਹ ਬੰਦਾ ਮੇਰਾ ਪਿਓ ਅਨਪੜ੍ਹ ਯਾਰ,
मेरे प्यो को दूसरा फोन है छोटा जा मेरा गलती नहीं तो जो ड्राइविंग लाइसेंस लेते रहे गड्डी इशू करते रहे कि उसे पुछ नहीं करते गड्डी इशू भी दस मिनट दो भाई जी मैं कम करता साड़ी भूल होगा साड़ी ती सुनो मेरी गल साड़ी ती भैन लगी हुई है अभी नहीं बोलते गल तो फिर मेरा प्यो वन पढ़ा यार मेरे प्यो को नहीं है फोन यह कुछ होगा वही तो करूंगा मैं फिर उही गल है ना मैं तुझे टोल टैक्स में कैश दिना कैश देने लग रहे मैंने बनाई हमारे यहाँ 40 की मिली भाई जी टोल टैक्स है जो टोल टैक्स में रात लंघते गया 40 रुपए पे मैं कहीं मेरा फादर अनपढ़ है जी साढ़े अकाउंट से नहीं पैसे सामू एक जगह पेटी मेरे फादर को नहीं कैश दिने जा लो कैश 40 रुपए जो रूल रेगुलेशन डाल लो जी फास्टैग जरूरी करता किस चीज का टोल टैक्स लेने पागल बना रखे सामने पीडब्ल्यू डिपार्टमेंट च यही है मैं देख फिर ही लुट मचा रखी इन्होंने बहुत परेशान की बैलेंस नहीं होना ना जी बैलेंस है बैलेंस है मैं तेन दिखाना एवं मैडम आ गल नहीं होंगी होंगी मैडम देखो बैलेंस है देखो बैलेंस है बैलेंस है धक्का शाही कर रखी है कर्मचारी नहीं छूट है कि नवा लैटर है कर्मचारी मंत्री होंगे एमएलए बन जाए कुकर नहीं आता वो पेट चो पर लंघ जाओ असि एम ए मैं पढ़िया लिखा डिग्रिया की नौकरी देने से दूर चला भैन चलो फास्टैग सामू तो फ्री दो अभी पैसे दिने भैया सर गवर्नमेंट नु कहो नहीं बिल्कुल कहना चाहिए गवर्नमेंट नु भैन चो तेन तो कुकर नहीं एमएलए नहीं आता है भैन चो उधर भी लंघते ने इतने लंघते हूटर भाई मच्छे पे अस भाई जी मैं लंघ जूंगा कोई गल नहीं 40 रुपये नाल मेरे सिर ते कोई असर नहीं पैंदा अंकल जी मदद कर रहे
ਹੁਣ ਮੈਨੂੰ ਕੀ ਦੱਸਣਾ ਬਾਈ ਜੀ ਸਾਡਾ ਬਾਦਰ ਆਪਣਾ ਪਿਓ ਅਨਪੜਾ ਬਾਈ ਜੀ ਫਸਟ ਟੈਗ ਮਾਰੇ ਕੀ ਬਤਾ ਸਕਦਾ ਬਾਈ ਜੀ ਜਾਨ ਸਾਨੂੰ ਆਪ ਨਹੀਂ ਲਾਉਂਦਾ ਆ ਕੁੱਕੜ ਬੈਠੇ ਨੇ ਆ ਅੱਜ ਮੈਂ ਕੁੱਕੜ ਤੁਰੇ ਬੈਠਦੇ ਨੇ ਸਾਰੇ ਆਹ ਸਭ ਬੈਂਕਾਂ ਨੇ ਬਿਠਾਏ ਸਭ ਬੈਂਕਾਂ ਨੇ ਕੁੱਕੜ ਬਿਠਾ ਰੱਖੇ ਨੇ ਇਹਨਾਂ ਨੂੰ ਸਵੇਰੇ ਨਾ ਅੱਧਿਆਂ ਨੂੰ ਤਾਂ ਮੈਂ ਟੁੱਟ ਕੇ ਭਜਾ ਕੇ ਆਇਆ ਤੁਸੀਂ ਕੀ ਗੱਲ ਦੱਸੋ ਜੀ ਪਹਿਲਾਂ ਕਿਸਾਨ ਜਾਗਿਆ ਕਿ ਨਹੀਂ ਜਾਗਿਆ ਮੰਦ ਪਿਆ ਸੀ ਸਾਲ ਨਾਲ ਜੀ ਜੇ ਦੁਬਾਰਾ ਜਾਗ ਪਿਆ ਕੀ ਹਾਲ ਕਰਾਂਗੇ ਇਹਨਾਂ ਦਾ ਹਾਲ ਹੁਣ ਮੈਂ ਲੰਘ ਜਾਂਦਾ ਮੈਂ ਮੁਰਦਾ ਮੈਨੂੰ ਫੇਰ ਹੀ ਬਹਿਸ ਕਰਨੀ ਪੈਣੀ ਇਹਨਾਂ ਨਾਲ ਨਹੀਂ ਤੁਸੀਂ ਮੁੜਨ ਮੈਨੂੰ ਫੋਨ ਕਰ ਦਿਓ ਉਹਨੂੰ ਮੁੱਕ ਦਿਓ ਤੁਸੀਂ ਮੇਰਾ ਨੰਬਰ ਲੈ ਲਓ ਸਰ ਜੀ ਤੁਸੀਂ ਇਹਨਾਂ ਨੂੰ ਕਹੋ ਜੀ ਮੈਡਮ ਤੁਸੀਂ ਨੰਬਰ ਕਰ ਲਓ ਮੇਰਾ ਫਿਰ ਭਾਜੀ ਤਾਂ ਤੁਹਾਡਾ ਬਾਈ ਜੀ ਸਾਡਾ ਅਸੀਂ ਜ਼ਹਿਰਾ ਖਾ ਖਾ ਮਰ ਗਏ ਯਾਰ ਬਾਈ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਯਾਰ ਪ੍ਰਾਈਵੇਟ ਨੌਕਰੀ ਧੱਕੇ ਖਾਂਦੇ ਫਿਰਦੇ ਬਾਈ ਯਾਰ ਕਿੱਥੋਂ ਦੇ ਦੀਏ ਪੈਸੇ ਬਾਈ ਇਹਨਾਂ ਨੂੰ ਅਸੀਂ ਯਾਰ ਪਰਮਾਤਮਾ ਸਭ ਕੁਝ ਸੈੱਟ ਕਰੇਗਾ ਯਾਰ ਪਰਮਾਤਮਾ ਮੈਡਮ ਮੈਂ ਹੀ ਕਰ ਦਿੰਦਾ ਜਾਗ ਜੋ ਲੋਕੋ ਯਾਰ ਜਾਗ ਜੋ ਬਾਈ ਮਨ ਕੇ ਠੀਕ ਹੈ ਇਹਨਾਂ ਦੀ ਮਜਬੂਰੀਆਂ ਨੇ ਯਾਰ ਅਫਸਰਾਂ ਦੀਆਂ ਐ ਨੀ ਆ ਕਿ ਬਾਈ ਨੰਬਰ ਫੀਡ ਕਰਦਾ ਮਜਬੂਰੀ ਆ ਠੀਕ ਹੈ ਯਾਰ ਲੁੱਟ ਕੇ ਖਾ ਕੇ ਪੈਸੇ ਕਰਿਆ ਗੁੱਡੇ ਆ ਗਿਆ ਆ ਗਿਆ ਥੈਂਕ ਯੂ ਸਰ ਆਰ ਆਰ ਠੀਕ ਹੈ ਬ੍ਰਦਰ ਮੈਨੂੰ ਇੱਥੇ ਤੁਸੀਂ ਰਿੰਗ ਕਰ ਦਿਓ ਤੇ ਤੁਹਾਡਾ ਨਾਂ ਕੀ ਆ ਸੋ ਤੁਸੀਂ ਦੇਖ ਲਓ ਦੋਸਤੋ ਨਾ ਸ਼ਰੇਆਮ ਗੁੰਡਾ ਕਰਦੀ ਹੈ ਠੀਕ ਹੈ ਮੈਂ 40 ਰੁਪਏ ਲੈ ਕੇ ਨਹੀਂ ਭੱਜਿਆ ਕੋਈ ਮੈਂ ਇਹ ਅਫਸਰ ਦਾ ਇਹਨੇ ਨੰਬਰ ਦਿੱਤਾ ਦਾ ਮਾਣ ਰੱਖਿਆ ਜਿਹਨੂੰ ਮੈਂ ਕਹਿੰਦਾ ਮੈਂ ਤੁਹਾਨੂੰ ਤੁਹਾਡਾ ਨੰਬਰ ਨਹੀਂ ਚਾਹੁੰਦਾ ਇੱਕ ਸਿਆਣੇ ਬੰਦੇ ਦੀ ਤੇ ਹੱਦ ਹੋ ਜਾਂਦੀ ਹੈ ਨਾ ਕਿਉਂਕਿ ਮੇਰੇ ਤੋਂ ਉਮਰ ਚ ਵੱਡੇ ਨੇ ਮੇਰੇ ਫਾਦਰ ਸਮਾਨ ਨੇ ਨਾ ਉਹਨਾਂ ਦੀ ਕਿਤੇ ਨਾ ਕਿਤੇ ਹੱਦ ਹੁੰਦੀ ਜੇ ਮੈਂ ਨੰਬਰ ਲਾ ਲੈਂਦਾ ਸਾਨੂੰ 40 ਰੁਪਏ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ 40-40 ਕਰਕੇ ਇਹ ਕਰੋੜਾਂ ਰੁਪਏ ਲੁੱਟ ਰਹੇ ਨੇ ਠੀਕ ਹੈ ਨਾ ਕਿਤੇ ਤਾਂ ਇਹਨੇ ਟੋਲ ਟੈਕਸ 30 ਰੁਪਏ ਲਾਤਾ ਕਿਤੇ ਇਹ 200 ਰੁਪਏ ਲੈਂਦੇ ਨੇ ਕਿਤੇ 250 ਰੁਪਏ ਪਰਚੀ ਹੈ ਟੋਲ ਟੈਕਸ ਟਰੱਕ ਡਰਾਈਵਰ ਦੇਖ ਲਓ ਬਾਈ ਟਰੱਕ ਡਰਾਈਵਰ ਦਿਖਾਇਓ ਮਾੜਾ ਟਰੱਕ ਡਰਾਈਵਰ ਜਾਂਦੇ ਨੇ ਇਹਨਾਂ ਨੂੰ ਵੀ ਕਈ ਵਾਰ 400 ਰੁਪਏ ਪਰਚੀ ਕੱਟਣੀ ਪੈਂਦੀ ਹੈ 200 ਰੁਪਏ ਪਰਚੀ ਕੱਟਣੀ ਪੈਂਦੀ ਹੈ ਕਿਸੇ ਟੋਲ ਟੈਕਸ ਆਪਾਂ ਬਾਈ ਜੀ ਪੇ ਕਰਦੇ ਆ 30-40 ਰੁਪਏ ਕਿਸੇ 80 ਰੁਪਏ ਪੇ ਕਰਦੇ ਆ ਕਿਤੇ 250 ਰੁਪਏ ਪੇ ਕਰਦੇ ਆ ਜਿੱਥੇ 250 ਰੁਪਏ ਪੇ ਕੀਤਾ ਹੋਇਆ ਆਪਾਂ ਨੇ ਕੀ ਉਹ ਸੜਕਾਂ ਸਿਉਣੇ ਦੀਆਂ ਨੇ ਬਾਈ ਜੀ ਸੜਕਾਂ ਤਾਂ ਸੜਕਾਂ ਹੀ ਨੇ ਨਾ ਕਿ ਸੜਕਾਂ ਸਿਉਣੇ ਦੀਆਂ ਨੇ ਟੋਲ ਟੈਕਸ ਆਪਾਂ ਇਸ ਲਈ ਦਿੰਦੇ ਆ ਕਿ ਸਾਨੂੰ ਸਾਡੀਆਂ ਰੋਡ ਤੇ ਰਾਤ ਬਰਾਤ ਨੇ ਮੱਝਾਂ ਗਾਵਾਂ ਨਾ ਆਉਣ ਸਾਡੀ ਗੱਡੀ ਖਰਾਬ ਹੁੰਦੀ ਹੈ ਸਾਨੂੰ ਟੋ ਕਰਨ ਵਾਸਤੇ ਕੋਈ ਨਾ ਕੋਈ ਵਹੀਕਲ ਚਾਹੀਦਾ ਤੇ ਜਿਹੜਾ ਟੋ ਕਰਕੇ ਅਸੀਂ ਲੈ ਕੇ ਜੇ ਗੱਡੀ ਖਰਾਬ ਹੋ ਜੇ ਜੇ ਕਿਸੇ ਪੈਟਰੋਲ ਤੇ ਦੂਰ ਖੜੇ ਸੀ 10 ਕਿਲੋਮੀਟਰ ਏਰੀਏ ਚ ਤੁਹਾਡਾ ਪੈਟਰੋਲ ਮੁੱਕ ਜਾਂਦਾ ਤਾਂ ਜ਼ਿੰਮੇਵਾਰੀ ਹੈ ਟੋਲ ਟੈਕਸ ਦੀ ਕਿ ਉੱਥੇ ਤੱਕ ਪੈਟਰੋਲ ਲੈ ਕੇ ਜਾਣਾ ਡੀਜ਼ਲ ਲੈ ਕੇ ਜਾਣਾ ਇਹ ਇਹਦੀ ਜ਼ਿੰਮੇਵਾਰੀ ਬਣਦੀ ਹੈ ਕਈ ਵਾਰ ਬਿਮਾਰ ਹੋ ਜਾਂਦਾ ਬੰਦਾ ਕੋਈ ਤੇ ਉਹਨੂੰ ਫਾਸਟ ਏਡ ਦੇਣਾ ਐਂਬੂਲੈਂਸ ਦੀ ਸਹੂਲਤ 10 ਕਿਲੋਮੀਟਰ ਏਰੀਏ ਚਾਹੀਦੀ ਹੈ ਕਿਤੇ 10 ਕਿ ਤੋਂ ਐਂਬੂਲੈਂਸ ਨੀ ਖੜੀ ਹੁੰਦੀ ਕਿਤੇ ਕੁਛ ਨੀ ਖੜਾ ਸ਼ਰੇਆਮ ਯੂਪੀ ਬਿਹਾਰ ਦੇ ਬੰਦੇ ਧੱਕਾ ਕਰਦੇ ਨੇ ਅਸੀਂ ਉੱਥੇ ਕਿਉਂ ਨੀ ਬੋਲੇ ਕਿਉਂਕਿ ਟੋਲ ਟੈਕਸ ਸਾਡੀ ਧੀ ਬੈਠੀ ਸੀ ਸਾਡੀ ਭੈਣ ਬੈਠੀ ਸੀ ਠੀਕ ਹੈ ਅਸੀਂ ਧੀ ਭੈਣ ਨੂੰ ਕੁਛ ਨੀ ਇਹਨਾਂ ਨਾਲ ਗੱਲ ਕਰ ਸਕਦੇ ਸੀ ਸੋ ਦੋਸਤੋ ਸਚੇਤ ਹੋ ਜਾਓ ਬਈ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਸੀਂ ਵੀ ਐਂ ਕਰੋਗੇ ਪਰਸੋਂ ਐਂ ਹੌਲੀ ਹੌਲੀ ਕਰਕੇ ਇਸ ਚੀਜ਼ ਦਾ ਵਿਰੋਧ ਹੋ ਜੂਗਾ ਵਿਰੋਧ ਹੋਣ ਦੇ ਨਾਲ ਬਈ ਜਿਹੜੀ ਲੁੱਟਾਂ ਹੋਣੀਆਂ ਉਹ ਬਚ ਰਹਿਣਗੀਆਂ ਜੇ ਆਪਾਂ ਇਹਨਾਂ ਨੂੰ ਗੱਲ ਨੂੰ ਕਿਤੇ ਵੀ ਕਹਿ ਦੇਣਾ ਚਲ ਛੱਡੋ ਯਾਰ ਕਿਉਂ ਬਹਿਸ ਕਰਨੀ ਹੈ ਛੱਡੋ ਕਿਉਂ ਬਹਿਸ ਕਰਨੀ ਹੈ ਬਹਿਸ ਇਹ ਕਰਦੇ ਕਰਦੇ ਭੋਰੇ ਤੱਕ ਪਹੁੰਚ ਗਏ ਭੋਰੇ ਤੱਕ ਪਹੁੰਚ ਗਏ ਆਪਾਂ ਕੋਈ ਟੋਲ ਟੈਕਸ ਵਾਲੀਆਂ ਕੋਈ ਹਾਈਵੇ ਨੀ ਹੈਗੇ ਇਹ ਪੈਚ ਲਾ ਲਾ ਕੇ ਟੋਲ ਟੈਕਸ ਬਣਾਉਂਦੇ ਨੇ ਰੋਡ ਨੀ ਹੈਗੇ ਟੋਲ ਟੈਕਸ ਵਾਲੇ ਕੋਈ ਇਹ ਚਲੋ ਲੈ ਲਓ ਜਿਹੜੇ 20-30 ਰੁਪਏ ਮੈਂਟੇਨੈਂਸ ਤੇ ਲੈਣੇ ਨੇ ਜਿਹੜੀ ਤੁਸੀਂ ਦੇਖਭਾਲ ਕਰਦੇ ਹੋ ਉਹਦਾ 30-40 ਰੁਪਏ ਰੱਖ ਦੋ 80-80 ਰੁਪਏ ਰੱਖਣ ਦਾ ਕੀ ਮਤਲਬ ਆਈ ਜੀ ਸੋ ਬਾਈ ਜੀ ਚੀਜ਼ ਨੂੰ ਸ਼ੇਅਰ ਕਰ ਦਿਓ ਮੇਰਾ ਫਰਜ਼ ਸੀਗਾ ਮੈਂ ਆਪਦਾ ਫਰਜ਼ ਨਿਭਾਤਾ ਹੁਣ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਇਹ ਤੁਹਾਡਾ ਫਰਜ਼ ਹੈ ਤੁਹਾਡੀ ਜਨਤਾ ਦਾ ਫਰਜ਼ ਹੈ ਬਾਕੀ ਉੱਚਾ ਨਹੀਂ ਉਹਨਾਂ ਬੋਲਿਆਗਾ ਵੀ ਕਿਸੇ ਦੇ ਕਿਸੇ ਨੂੰ ਕੋਈ ਗਲਤ ਲੱਗਿਆ ਹੋਇਆ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਬਾਈ ਜੀ ਠੀਕ ਹੈ ਕਿਉਂਕਿ ਮੇਰਾ ਉਹ ਨੰਬਰ ਅਫਸਰ ਦਾ ਨੰਬਰ ਲੈਣ ਦਾ ਮਤਲਬ ਇਹੀ ਸੀ ਕਿ ਬਾਈ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ ਕਿ ਇੱਕ ਬੰਦਾ ਕਹਿ ਰਿਹਾ ਮੈਂ ਲੈ ਬਾਈ ਜੀ ਮੇਰਾ ਨੰਬਰ ਲੈ ਜਾਓ ਉਹਦੇ ਦਿਲ ਨੂੰ ਠੇਸ ਨਾ ਪਹੁੰਚੇ ਸੋ ਇਹਦਾ ਚੀਜ਼ ਦਾ ਵਿਰੋਧ ਕਰੋ ਬਾਈ ਫਾਸਟ ਟੈਗ ਦਾ ਠੀਕ ਹੈ ਮੇਰੀ ਲੁੱਟ ਹੈ ਧੰਨਵਾਦ ਥੈਂਕ ਯੂ ਦੋਸਤੋ